ਕਾਹਦੇ ਲਈ ਇਸ ਗੱਲ ਨੂੰ ਜਾਣ ਕੇ ਉਹ ਕੋਕਰਾ ਕੇ ਤੇ ਕਲੈਸ਼ ਕਰਾਉਂਦਾ। ਕੋਰੋਨਾ ਮਹਾਮਾਰੀ ਕਾਰਨ ਪਿਛਲੇ 2 ਸਾਲ ਤੋਂ ਬੰਦ ਪਿਆ ਕਰਤਾਰਪੁਰ ਲਾਂਘਾ ਕੇਂਦਰ ਸਰਕਾਰ ਵੱਲੋਂ ਅੱਜ ਤੋਂ ਖੋਲ੍ਹਿਆ ਜਾਵੇਗਾ, ਜਿਸ ਦੇ ਮੱਦੇਨਜ਼ਰ ਜਦੋਂ ਬੀਤੀ ਸ਼ਾਮ ਗੁਰਦਾਸਪੁਰ 'ਚ ਲਾਂਘਾ ਖੋਲ੍ਹਣ ਦੀ ਖੁਸ਼ੀ 'ਚ ਭਾਜਪਾ ਆਗੂ ਲੱਡੂ ਵੰਡ ਰਹੇ ਸੀ ਤਾਂ ਭਾਜਪਾ ਅਤੇ ਕਿਸਾਨ ਨੌਜਵਾਨ ਆਹਮੋ ਸਾਹਮਣੇ ਹੋ ਗਏ, ਜਿੱਥੇ ਭਾਜਪਾ ਵੱਲੋਂ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਕਿਸਾਨਾਂ ਵੱਲੋਂ ਕਿਸਾਨਾਂ ਦੇ ਹੱਕ 'ਚ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ। ਮਾਹੌਲ ਤਣਾਅਪੂਰਨ ਹੁੰਦਿਆਂ ਦੇਖ ਕੇ ਪੁਲਿਸ ਵੱਲੋਂ ਦੋਨਾਂ ਧਿਰਾਂ ਨੂੰ ਬਹੁਤ ਹੀ ਮੁਸ਼ਕਿਲ ਨਾਲ ਸ਼ਾਂਤ ਕਰਵਾਇਆ ਗਿਆ। ਪ੍ਰਦਰਸ਼ਨ ਦੌਰਾਨ ਭਾਜਪਾ ਆਗੂਆਂ ਨੇ ਇੱਕ ਪਾਸੇ ਜਿੱਥੇ ਪੀਐਮ ਮੋਦੀ ਦਾ ਧੰਨਵਾਦ ਕੀਤਾ, ਉੱਥੇ ਹੀ ਉਹਨਾਂ ਇਲਜ਼ਾਮ ਲਗਾਇਆ ਕਿ ਕਿਸਾਨਾਂ ਦੀ ਆੜ 'ਚ ਕੁਝ ਕਾਂਗਰਸੀ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ, ਜੋ ਕਿ ਕਿਸੇ ਵੀ ਹਾਲਤ 'ਚ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਕੱਲ੍ਹ ਜਿਹੜਾ 2 ਸਾਲ ਤੋਂ ਕੋਰੀਡੋਰ ਬੰਦ ਸੀ ਕੋਰੋਨਾ ਦੀ ਵਜ੍ਹਾ ਕਰਕੇ, ਉਹਨੂੰ ਸੰਗਤਾਂ ਹਰ ਸਾਲ ਦਰਸ਼ਨ ਕਰਨ ਜਾਂਦੀਆਂ ਨੇ ਕਰਤਾਰਪੁਰ ਸਾਹਿਬ, ਸੋ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ ਨਰਿੰਦਰ ਮੋਦੀ ਜੀ ਨੇ
ਉਹ ਕੈਰੀਡੋਰ ਖੁੱਲ੍ਹਣ ਦੀ ਖੁਸ਼ੀ ਦੇ ਵਿੱਚ ਅਸੀਂ ਸੈਂਟਰ ਦਾ ਧੰਨਵਾਦ ਕਰਦੇ ਹਾਂ, ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦੇ ਹਾਂ। ਕੁਛ ਕਾਂਗਰਸ ਦੇ ਗੁੰਡੇ ਜਿਹੜੇ ਆ ਕੇ ਮਾਹੌਲ ਨੂੰ ਖਰਾਬ ਕਰ ਰਹੇ ਨੇ, ਉਹਨਾਂ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ। ਸ਼੍ਰੀਮਾਨ ਨਰਿੰਦਰ ਮੋਦੀ ਜੀ ਨੇ ਜਿਹੜੀ ਬੇਨਤੀ ਸਵੀਕਾਰ ਕੀਤੀ ਆ, ਉਹਦੀ ਅਸੀਂ ਖੁਸ਼ੀ ਮਨਾ ਰਹੇ ਹਾਂ। ਜਿਹੜੇ ਲੋਕ ਜਿਹੜੇ ਕਿਸਾਨਾਂ ਦੀ ਆੜ ਦੇ ਵਿੱਚ ਕੁਛ ਗੁੰਡੇ ਲੋਕ, ਕਾਂਗਰਸ ਪਾਰਟੀ ਦੇ ਗੁੰਡੇ ਲੋਕ ਜਿਹੜੇ ਆ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ, ਇੱਥੇ ਜੋ ਮਰਜ਼ੀ ਹੋਈ ਨੇ। ਸਨ 84 ਦੇ ਦੰਗਿਆਂ ਦੇ ਵਿੱਚ ਜੋ ਕੁਛ ਹੋਇਆ, ਲੇਕਿਨ ਹਿੰਦੂ ਸਿੱਖ ਭਾਈਚਾਰਾ ਬਰਕਰਾਰ ਰਿਹਾ ਹੈ, ਉਹ ਬਰਕਰਾਰ ਰਹੇਗਾ। ਇਹਦੇ ਅਗਾਂਹ ਅਸੀਂ ਕੁਛ ਨਹੀਂ ਕਹਿਣਾ ਚਾਹੁੰਦੇ। ਅਸੀਂ ਇੱਕ ਵਾਰੀ ਫਿਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ, ਸੁੱਖ ਸ਼ਾਂਤੀ ਦੇ ਅਮਨ ਦੇ ਨਾਲ ਅਸੀਂ ਜੀਏ, ਹਰ ਇੱਕ ਨੂੰ ਜੀਣ ਦਾ ਮੌਕਾ ਦੇਈਏ। ਅਸੀਂ ਸੈਂਟਰ ਸਰਕਾਰ ਦਾ, ਸ਼੍ਰੀਮਾਨ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਕੈਰੀਡੋਰ ਖੋਲ੍ਹ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦਾ ਮੌਕਾ ਦਿੱਤਾ। ਭਾਰਤ! ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਭਾਜਪਾ ਸ਼ੁਰੂ ਤੋਂ ਹੀ ਕਿਸਾਨਾਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਦਾ ਕੰਮ ਕਰ ਰਹੀ ਹੈ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਕੌਲ 'ਤੇ ਕਿਸਾਨ ਅੰਦੋਲਨ ਦੇ ਸ਼ੁਰੂ ਤੋਂ ਹੀ ਉਹਨਾਂ ਵੱਲੋਂ ਭਾਜਪਾ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਅਤੇ ਕਾਨੂੰਨ ਰੱਦ ਨਾ ਹੋਣ ਤੱਕ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ। ਕਿ ਬੀਜੇਪੀ ਸ਼ੁਰੂ ਤੋਂ ਹੀ ਇੱਦਾਂ ਦੇ ਕੋਈ ਨਾ ਕੋਈ ਸਟੰਟ ਮਾਰਦੀ ਆ ਰਹੀ ਹੈ, ਵੀ ਇਹ ਕਿਸਾਨਾਂ ਦੇ ਹੁਣ ਤੱਕ ਜ਼ਖਮਾਂ ਦੇ ਉੱਤੇ ਲੂਣ ਛਿੜਕਦੀ ਆ ਰਹੀ ਆ। ਔਰ ਅੱਜ ਸਾਨੂੰ ਨਹੀਂ ਹੁਣ ਤੱਕ ਪਤਾ ਵੀ ਇਹ ਕਿਹੜੇ ਬੀਜੇਪੀ ਜਿੰਦਾਬਾਦ ਦੇ ਇੱਥੇ ਆ ਕੇ ਨਾਅਰੇ ਲਾ ਰਹੇ ਨੇ, ਕਿਸ ਖੁਸ਼ੀ ਵਿੱਚ ਲੱਡੂ ਵੰਡ ਰਹੇ ਨੇ, ਔਰ ਕਿਸ ਦੇ ਕਰਕੇ ਇੱਥੇ ਕੈਂਡਲ ਮਾਰਚ ਕਰ ਰਹੇ ਆ। ਪਰ ਜੋ ਸ਼ੁਰੂ ਤੋਂ ਹੀ ਐਲਾਨ ਕੀਤਾ ਹੋਇਆ ਸਾਡੇ ਸੰਯੁਕਤ ਮੋਰਚੇ ਨੇ ਕਿਸਾਨਾਂ ਨੇ, ਵੀ ਬੀਜੇਪੀ ਦਾ ਪੂਰੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਕਿਤੇ ਵੀ ਕੋਈ ਪ੍ਰੋਗਰਾਮ ਨਹੀਂ ਹੋਣ ਦੇਣਾ, ਉਸੇ ਹੀ ਆਪਸੀ ਫੈਸਲੇ ਨੂੰ ਕਾਇਮ ਕਰਦੇ ਆ ਜਿੱਥੇ ਵੀ ਬੀਜੇਪੀ ਦਾ ਵਿਰੋਧ ਕੀਤਾ ਗਿਆ, ਔਰ ਉਹਨਾਂ ਨੂੰ ਇਸ ਜੋ ਉਹਨਾਂ ਦਾ ਮਾਰਚ ਚੱਲ ਰਿਹਾ ਸੀ ਉਹਦੇ 'ਚੋਂ ਭਜਾਇਆ ਗਿਆ। ਬੀਜੇਪੀ ਆਗੂ ਕਹਿ ਰਹੇ ਨੇ ਕਿ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਗਿਆ ਵਾ, ਬੜਾ ਇਤਿਹਾਸਿਕ ਫੈਸਲਾ ਕੀਤਾ ਗਿਆ, ਕਿਉਂਕਿ ਨਾਮਲੇਵਾ ਸੰਗਤ ਜਿਹੜੀ ਆ ਲਗਾਤਾਰ ਮੰਗ ਕਰ ਰਹੀ ਸੀ, ਇਹਦੇ ਵਿੱਚ ਕੋਈ ਸਿਆਸੀ ਕੰਮ ਤਾਂ ਹੈ ਨਹੀਂ, ਵੀ ਕਿਉਂ ਕਿਸਾਨ ਵਿਰੋਧ ਕੀਤਾ ਗਿਆ? ਜਿਹੜੀ ਪਾਰਟੀ ਕਰ ਰਹੀ ਆ ਉਹ ਤਾਂ ਸਿਆਸੀ ਆ, ਅਤੇ ਜੇ ਕਰਨਾ ਹੀ ਆ ਤਾਂ ਇਹ ਤਾਂ ਪੰਜਾਬ ਦੇ ਵਿੱਚ ਕੰਮ ਹੋ ਰਿਹਾ, ਅਤੇ ਇਹਦਾ ਤਾਂ ਕਾਂਗਰਸ ਪਾਰਟੀ ਵੀ ਕ੍ਰੈਡਿਟ ਲੈ ਸਕਦੀ ਆ, ਅਕਾਲੀ ਦਲ ਨੇ ਵੀ ਉਹਨਾਂ ਜ਼ੋਰ ਲਾਇਆ, ਆਮ ਪਾਰਟੀ ਨੇ ਵੀ ਉਹਨਾਂ ਜ਼ੋਰ ਲਾਇਆ। ਇੱਕ ਵਾਰੀ ਜਦੋਂ ਆ ਕੇ ਮੋਦੀ ਜੀ ਉਦਘਾਟਨ ਕਰ ਚੁੱਕੇ ਨੇ, ਇਹ ਤਾਂ ਸਿਰਫ ਇੱਕ ਸਿਆਸੀ ਸਟੰਟ ਆ ਵੀ ਦੁਬਾਰਾ ਉਹ ਲਾਂਘਾ ਖੁੱਲ੍ਹ ਰਿਹਾ ਅਤੇ ਅਸੀਂ ਉਹਦੇ 'ਤੇ ਫਿਰ ਲੱਡੂ ਵੰਡ ਰਹੇ ਹਾਂ। ਪਰ ਇੱਕ ਪਾਸੇ ਇਹਨਾਂ ਨੂੰ ਦੂਜੇ ਪਾਸੇ ਇਹ ਨਹੀਂ ਲੱਭ ਰਿਹਾ ਵੀ ਜਿਹੜੇ ਕਿਸਾਨ ਪਿਛਲੇ ਇੱਕ ਸਾਲ ਦੇ ਉੱਪਰੋਂ ਆਪਣੀ ਬਰੂਹਾਂ 'ਤੇ ਬਹਿ ਕੇ ਦਿੱਲੀ ਦੀਆਂ ਇਹਨਾਂ ਦੇ ਬੂਹੇ ਅੱਗੇ ਬਹਿ ਕੇ ਹੱਕ ਮੰਗਣ ਗਏ ਨੇ, ਉੱਥੇ ਸ਼ਹੀਦੀਆਂ ਵੀ ਹੋ ਰਹੇ ਆ, ਉਹਨਾਂ ਦੀ ਸ਼ਹੀਦੀਆਂ ਦੇ ਉੱਤੇ ਲੱਡੂ ਵੰਡ ਰਹੇ ਨੇ, ਇਹ ਸਿਰਫ ਕਿਸਾਨਾਂ ਦੇ ਸਾਰੇ ਹੀ ਪ੍ਰੋਪੋਗੰਡੇ ਦੇ ਪਿੱਛੇ ਇਹਨਾਂ ਦੀ ਸਿਆਸਤ ਆ। ਔਰ ਆਪਣਾ ਸਿਆਸੀ ਗਰਾਊਂਡ ਬਣਾਉਣ ਦੇ ਵਿੱਚ, ਲੋਕਾਂ ਦੀ ਫੀਲਿੰਗਸ ਆਪਣੇ ਵੱਲ ਕਰਨ ਦੇ ਵਿੱਚ, ਧਿਆਨ ਕਰਨ ਦੇ ਵਿੱਚ ਸਾਰੇ ਇੱਦਾਂ ਦੇ ਡਰਾਮੇ ਕਰ ਰਹੇ ਨੇ। ਬੀਜੇਪੀ ਆਗੂਆਂ ਦਾ ਕਹਿਣਾ ਹੈਗਾ ਕਿ ਇਹ ਜਿਹੜਾ ਜਿੱਦਾਂ ਆਪ ਕਹਿੰਦੇ ਕੇਂਦਰ ਸਰਕਾਰ ਵੀ ਕਹਿ ਰਹੀ ਸੀ, ਅਕਾਲੀ ਦਲ ਵੀ ਕਹਿ ਰਿਹਾ ਸੀ, ਕਾਂਗਰਸ ਵੀ ਕਹਿ ਰਹੀ ਸੀ ਲਾਂਘਾ ਖੁੱਲ੍ਹਾ ਚਾਹੀਦਾ, ਲੇਕਿਨ ਖੋਲ੍ਹਣਾ ਤਾਂ ਕੇਂਦਰ ਨੇ ਸੀ ਨਾ, ਇਸ ਲਈ ਕੇਂਦਰ ਨੇ ਲਾਂਘਾ ਖੋਲ੍ਹਿਆ ਗਿਆ, ਇਸ ਲਈ ਲੱਡੂ ਵੰਡੇ ਜਾ ਰਹੇ ਸੀ। ਸਟੇਟ ਕਿੱਥੇ ਪੈਂਦੀ ਆ? ਪੰਜਾਬ ਸਟੇਟ ਪੈਂਦੀ ਆ। ਪੰਜਾਬ ਦੇ ਵਿੱਚ ਗੌਰਮੈਂਟ ਕਿਹਦੀ ਆ? ਕਾਂਗਰਸ ਦੀ। ਅਤੇ ਫਿਰ ਇੱਥੇ ਕਿਸੇ ਵੀ MLA ਨੇ ਜਾਂ ਕਿਸੇ ਵੀ ਕੈਬਨਿਟ ਮੰਤਰੀ ਨੇ ਤਾਂ ਇੱਦਾਂ ਦੇ ਕੋਈ ਲੱਡੂ ਨਹੀਂ ਵੰਡੇ। ਆ ਕੇ ਉਹਨਾਂ ਨੇ, ਠੀਕ ਆ, ਸਵੇਰ ਦੇ ਸਾਡੇ ਇੱਥੇ CM ਚੰਨੀ ਸਾਹਿਬ ਆਏ ਨੇ, ਉਹਨਾਂ ਨੇ ਤਾਂ ਨਹੀਂ ਆਪਣੇ ਕਾਂਗਰਸੀ ਕੇਡਰ ਨੂੰ ਐਲਾਨ ਕੀਤਾ ਵੀ ਤੁਸੀਂ ਲੱਡੂ ਵੰਡ ਕੇ ਖੁਸ਼ੀਆਂ ਮਨਾਓ। ਸਗੋਂ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਪੰਜਾਬ ਦੇ ਨੂੰ, ਵੀ ਸਭ ਤੋਂ ਵੱਡਾ ਅੰਦੋਲਨ ਪੰਜਾਬ ਦੇ ਵਿੱਚ ਚੱਲਦਾ ਪਿਆ, ਜੇ BJP ਕਹਿ ਰਹੀ ਆ ਵੀ ਕਿਸਾਨਾਂ ਦੇ ਹੱਕ ਵਿੱਚ ਆ, ਤਾਂ ਫਿਰ ਲੱਡੂ ਕਿਸ ਗੱਲ ਦੇ? ਲਾਂਘਾ ਖੁੱਲ੍ਹਣਾ ਚਾਹੀਦਾ, ਕਿਉਂਕਿ ਜਿਹੜੇ ਸਾਡੇ ਧਾਰਮਿਕ ਸਥਾਨ ਪਾਕਿਸਤਾਨ ਦੇ ਵਿੱਚ ਹੈਗੇ ਆ, ਇਹ ਬੜੇ ਲੰਬੇ ਸਮੇਂ ਤੋਂ ਮੰਗ ਸੀਗੀ ਸਾਡੀ ਗੁਰੂ ਨਾਨਕ ਦੇਵ ਸੰਗਤਾਂ ਦੀ, ਜਿਹੜੇ ਨਤਮਸਤਕ ਹੋਣ ਜਾਂਦੇ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ, ਉਹਨਾਂ ਦੀ ਵੱਡੇ ਪੱਧਰ ਦੇ ਉੱਤੇ ਮੰਗ ਸੀ। ਬੜਾ ਵਧੀਆ ਕਦਮ ਆ ਵੀ ਜਿਹੜਾ ਲਾਂਘਾ ਖੁੱਲ੍ਹਿਆ, ਪਰ ਇਸ ਦੇ ਉੱਤੇ ਸਿਆਸਤ ਕਰਨ ਲਈ ਲੱਡੂ ਵੰਡਣੇ, ਔਰ ਪਹਿਲਾਂ ਹੀ ਕਿਸਾਨਾਂ ਨੇ ਬਾਈਕਾਟ ਕੀਤਾ ਹੋਇਆ BJP ਦਾ, ਔਰ ਉਹਦੇ ਵਿੱਚ ਆਪਣਾ ਫਿਰ ਸਿਆਸੀ ਸਟੰਟ ਮਾਰਨੇ, ਇਹ ਉਸ ਗੱਲ ਦਾ ਵਿਰੋਧ ਆ। ਉਧਰ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਦੋਵਾਂ ਧਿਰਾਂ 'ਚ ਹਾਲਾਂਕਿ ਟਕਰਾਅ ਦੀ ਸਥਿਤੀ ਜ਼ਰੂਰ ਬਣੀ ਸੀ, ਪਰ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ ਇਸ ਲਈ ਉਹਨਾਂ ਸਮਾਂ ਰਹਿੰਦੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾ ਦਿੱਤਾ। ਇਹ ਜੀ ਜੋ ਕੋਰੀਡੋਰ ਖੁੱਲ੍ਹਣ ਦੇ ਹੁਕਮ ਹੋਏ ਸੀਗੇ, ਉਹਦੀ ਖੁਸ਼ੀ ਜਿਹੜਾ BJP ਵੱਲੋਂ ਲੱਡੂ ਵੰਡੇ ਜਾ ਰਹੇ ਸੀਗੇ ਹਨੂੰਮਾਨ ਚੌਂਕ, ਜਦੋਂ ਕਿਤੇ ਕਿਸਾਨ ਯੂਨੀਅਨ ਨੂੰ ਪਤਾ ਲੱਗਾ, ਉਹਨਾਂ ਦੇ ਨੌਜਵਾਨ ਆ ਕੇ ਅਤੇ ਉਹਨਾਂ ਨੇ ਵੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਹਨਾਂ ਦਾ ਆਪੋ ਦੇ ਵਿੱਚ ਨਾਅਰੇਬਾਜ਼ੀ ਹੋਈ ਆ, ਬਾਅਦ 'ਚ ਦੋਵਾਂ ਧਿਰਾਂ ਨੂੰ ਸਮਝਾ ਕੇ ਅਤੇ ਆਪਾਂ ਸ਼ਾਂਤ ਕਰ ਦਿੱਤਾ ਵਾ। ਦੋਵੇਂ ਇੱਕ ਧਿਰ ਚੱਲ ਗਈ, ਦੂਸਰੀ ਧਿਰ ਵੀ ਜਾ ਰਹੀ ਆ। DSP ਸਿੱਧੀ ਸਾਹਿਬ ਵੀ ਮੌਕੇ 'ਤੇ ਆ ਕੇ ਸਮਝਾ ਬੁਝਾ ਕੇ ਸਾਰਿਆਂ ਨੂੰ ਭੇਜ ਦਿੱਤਾ। ਬਸ ਜਿਹੜਾ ਕੋਰੀਡੋਰ ਖੁੱਲ੍ਹਣ ਦੇ ਹੁਕਮ ਹੋਇਆ ਉਹਦੇ ਸੰਬੰਧ 'ਚ ਇਹਨਾਂ ਨੇ BJP ਵੱਲੋਂ ਲੱਡੂ ਵੰਡੇ ਜਾ ਰਹੇ ਸੀਗੇ, ਅਤੇ ਜਿਹੜਾ ਦੂਸਰੀ ਪਾਰਟੀ ਇਹ ਗੱਲ ਦਾ ਵਿਰੋਧ ਕਰਦੀ, ਕਿਸਾਨ ਯੂਨੀਅਨ ਦੇ ਜਿਹੜੇ ਨੌਜਵਾਨ ਸੀਗੇ
ਇਸ ਕਰਕੇ ਇਹਨਾਂ ਦੀ ਆਪੋ ਦੇ ਵਿੱਚ ਤਕਰਾਰ ਹੋਈ। ਬਿਲਕੁਲ ਜੀ ਸ਼ਾਂਤ ਹੈ, ਕੋਈ ਗੱਲ ਨਹੀਂ ਗੀ ਜੀ, ਹੁਣ ਆਮ ਦੀ ਤਰ੍ਹਾਂ ਹੋ ਗਿਆ ਸਭ ਕੁਛ। ਪ੍ਰਦਰਸ਼ਨ ਦੌਰਾਨ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ 'ਤੇ ਗੰਭੀਰ ਇਲਜ਼ਾਮ ਲਗਾਏ ਗਏ, ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦੋਵਾਂ ਧਿਰਾਂ ਨੂੰ ਪੁਲਿਸ ਵੱਲੋਂ ਸ਼ਾਂਤ ਕਰਵਾਇਆ ਗਿਆ। ਦੱਸਦੀ ਕਿ ਭਾਜਪਾ ਵੱਲੋਂ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਖੁਸ਼ੀ 'ਚ ਲੱਡੂ ਵੰਡੇ ਜਾ ਰਹੇ ਸੀ, ਜਿਸ ਤੋਂ ਬਾਅਦ ਇਹ ਸਾਰਾ ਹੰਗਾਮਾ ਹੋਇਆ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ, ਪੰਜਾਬੀ ਲੋਕ ਚੈਨਲ।